मयंक मायन मालक श्री संघ सोन क्रैशर गंडियाल महिंद्रपाल नां दा एक शख्स जो कि गंडियाल विच अपने आप नूं रावी रिवर एक्शन कमेटी का प्रधान दसदा है, नाले शिवसेना का वाइस प्रैजीडेंट दसदा स्टेट का, जबकि वह ना कोई रावी रिवर एक्शन कमेटी का प्रधान है। इस बारे सरपंच ने ऑनरेबल कोर्ट के बयान दिता है कि साढ़े इतने कोई रावी रिवर एक्शन कमेटी ही नहीं है। ये जदों भी साड़ी स्टोन क्रैशर दी फेक वीडियो बना बना के उपर सोशल मीडिया से चाढ़ता रहा है। एक 4/2023 मेरे को स्टोन क्रैशर से 11 बजे आया, मैनू कहिंदा 30,000 रुपया दे दे या 500 रुपया गड्डी दे दे तां मैं तेरा स्टोन क्रैशर चल देना। मैं कहा यार तेरा है की इत्थे ना तेरा लैना ना देना, मैं परचेज मैं लैसी कोलों लई दी आ, पोल्यूशन की NOC लई मैं अपलाई कीते दा आ, CLU लई मैं अपलाई कीते दा आ, FCR कोल मेरी फाइल पई दी आ CLU लई, ਉਹ ਡਿਪਾਰਟਮੈਂਟ ਨੇ ਦੇਖਣਾ। ਕਹਿੰਦਾ ਨਹੀਂ ਜੀ ਮੈਂ ਕ੍ਰੈਸ਼ਰ ਨਹੀਂ ਚਲਾਉਣ ਦੇਣਾ। ਮੈਂ ਕਿਹਾ ਯਾਰ ਜਾ ਤੂੰ ਨਾ ਚਲਣ ਦੇ, ਕੋਈ ਗੱਲ ਨਹੀਂ ਮੈਂ ਕ੍ਰੈਸ਼ਰ ਚਲਾਉਣਾ ਹੀ ਨਹੀਂ ਹੈ। ਇਨ ਬਿਟਵੀਨ ਫਿਰ ਮੈਂ SHO ਸਾਹਿਬ ਨੂੰ ਇੱਕ ਦਰਖਾਸਤ ਦਿੱਤੀ 1/4/2023 ਨੂੰ, ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। 3/4/2023 ਨੂੰ ਫਿਰ ਮੈਂ SSP ਸਾਹਿਬ ਦੇ ਪੇਸ਼ ਹੋਇਆ, ਉੱਥੇ ਵੀ ਕੋਈ ਕਾਰਵਾਈ ਨਹੀਂ ਹੋਈ। ਫਿਰ ਮਹਿੰਦਰਪਾਲ ਦੇ ਅਗੇਂਸਟ ਐਪਲੀਕੇਸ਼ਨ ਦਿੱਤੀ ਸੀ ਜੀ ਮੈਂ 1/4/2023 ਨੂੰ, ਇਹ ਮੇਰੇ ਕੋਲ ਕ੍ਰੈਸ਼ਰ 'ਤੇ ਆ ਕੇ ਪੈਸੇ ਮੰਗਦਾ ਸੀ। ਵਾਰ ਵਾਰ ਇਹਨੇ ਆ ਕੇ ਮੇਰੇ ਕੋਲ ਪੈਸੇ ਮੰਗੇ, 11 ਵਜੇ ਆ ਕੇ ਕਹਿੰਦਾ ਤੂੰ ਆਪਣਾ ਪ੍ਰੈਸ਼ਰ ਚਲਾਉਣਾ ਜਾਂ 30,000 ਰੁਪਈਆ ਦੇ ਜਾਂ 500 ਰੁਪਈਆ ਗੱਡੀ ਦੇ। ਮੈਂ ਕਿਹਾ ਯਾਰ ਕੋਈ ਬੰਦੇ ਵਾਲਾ ਕੰਮ ਕਰ, ਪ੍ਰੈਸ਼ਰ 'ਤੇ ਆਪਾਂ ਤਾਂ ਪ੍ਰੈਸ਼ਰ ਲੀਗਲ ਸੋਰਸ ਆਪਾਂ ਲੈ ਦਾ ਜਾਂ ਸਾਰਾ ਕੁਛ ਹੈ ਆ, ਸਾਡੇ ਕੋਲ ਕਾਗਜ਼ ਪੱਤਰ ਹੈ ਆ, ਪੋਲਿਊਸ਼ਨ ਦੀ NOC ਲਈ ਅਸੀਂ ਅਪਲਾਈ ਕੀਤੇ ਦਾ ਆ, ਪੋਲਿਊਸ਼ਨ ਡਿਪਾਰਟਮੈਂਟ ਨੇ ਦੇਖਣਾ। ਕਹਿੰਦਾ ਨਹੀਂ ਜੀ ਮੈਂ ਪ੍ਰੈਸ਼ਰ ਨਹੀਂ ਚਲਾਉਣ ਦੇਣਾ ਤੁਹਾਡਾ, ਇਹ ਹੈ ਉਹ ਹੈ। ਇਨ ਬਿਟਵੀਨ ਇਹਨੇ ਸਾਡੀ ਇੱਕ ਫੇਕ ਵੀਡੀਓ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੀ ਵੀਡੀਓ ਬਣਾ ਕੇ ਅਤੇ ਇਹਨੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਕਰਪਾਲ ਉੱਥੇ ਇੱਕ ਵਿਹਲਾ ਆਦਮੀ ਹੈ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਵਾਈਸ ਪ੍ਰੈਜੀਡੈਂਟ ਕਹਿੰਦਾ ਆ, ਸੀਨੀਅਰ ਵਾਈਸ ਪ੍ਰੈਜੀਡੈਂਟ ਕਹਿੰਦਾ ਆ, ਔਰ ਰਾਵੀ ਰਿਵਰ ਐਕਸ਼ਨ ਕਮੇਟੀ ਦਾ ਪ੍ਰੈਜੀਡੈਂਟ ਕਹਿੰਦਾ। ਰਾਵੀ ਰਿਵਰ ਐਕਸ਼ਨ ਕਮੇਟੀ ਹੀ ਕੋਈ ਨਹੀਂ ਆ ਉੱਥੇ, ਜਿਹੜੀ ਕਿ ਰਾਵੀ ਰਿਵਰ ਐਕਸ਼ਨ ਕਮੇਟੀ ਹੀ ਕੋਈ ਨਹੀਂ ਹੈ। ਸਰਪੰਚ ਨੇ ਇਸ ਬਾਰੇ ਉੱਥੇ SHO ਨੂੰ ਬਿਆਨ ਦੇ ਦਿੱਤਾ ਆ ਕਿ ਰਾਵੀ ਰਿਵਰ ਐਕਸ਼ਨ ਕਮੇਟੀ ਕੋਈ ਨਹੀਂ ਹੈ। ਇਹਦਾ ਇਹਦੇ ਇਸ ਤੋਂ ਬਾਅਦ ਮੈਂ ਇੱਕ ਐਪਲੀਕੇਸ਼ਨ 1/4/2023 ਨੂੰ ਇੱਕ ਐਪਲੀਕੇਸ਼ਨ ਮੈਂ SHO ਦੇ ਨਾਂ ਦਿੱਤੀ, ਫਿਰ SHO ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਮੈਂ SSP ਦੇ ਨਾਂ SSP ਕੋਲ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ, ਉਹ ਦਰਖਾਸਤ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਮੈਂ 8/4/2023 ਨੂੰ ਓਨਰੇਬਲ ਕਠੂਆ ਕੋਰਟ 'ਚ ਚਲਾ ਗਿਆ। ਕਠੂਆ ਕੋਰਟ ਨੇ ਕੰਪਲਾਈਂਸ ਰਿਪੋਰਟ SHO ਲਿਖਣ, ਮਹਿੰਦਰਪਾਲ ਜਿਹੜਾ ਆ ਚੌਂਕੀ 'ਤੇ ਜਾ ਕੇ ਚੌਂਕੀ ਇੰਚਾਰਜ ਨੂੰ ਲੈ ਕੇ ਦਰਿਆ 'ਚ ਚਲਾ ਜਾਂਦਾ, ਪਿੱਛੋਂ ਪੰਜਾਬ ਦੇ ਡੰਗਰ ਟਪਾ ਦਿੰਦਾ ਆ ਸਾਰੇ। ਅਸੀਂ ਇਸ ਬਾਰੇ SHO ਨੂੰ ਵੀ 2 ਵਾਰੀ ਕਿਹਾ ਆ, ਪੰਜਾਬ ਦੇ SHO ਸ਼ਾਪਰਕੰਡੀ ਦੇ ਉਹ ਇਹਨਾਂ ਦੇ ਇਹਦੇ ਘਰ ਰੇਡ ਵੀ ਕਰ ਚੁੱਕੇ ਆ ਕਿ ਇੰਨੇ ਬੰਦੇ ਪਿੱਛੋਂ ਕੀ ਕਹਿੰਦੇ ਡੰਗਰ ਟਪਾਏ ਆ ਇਸ ਚੌਂਕੀ ਤੋਂ। ਇਸ ਬਾਰੇ ਅਸੀਂ ਚੌਂਕੀ ਇੰਚਾਰਜ ਨੂੰ 10 ਵਾਰੀ ਕਿਹਾ ਆ। ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਨਾ ਕਿ ਇਹਦੇ ਉੱਤੇ PSA ਲਾਇਆ ਜਾਏ, ਕਿਉਂਕਿ ਇਹ ਪਬਲਿਕ ਦੀ ਸੇਫਟੀ ਲਈ ਬਹੁਤ ਹੀ ਮਾੜਾ ਅੰਸਰ ਆ। ਇਸ ਬੰਦੇ ਤੋਂ ਅਸੀਂ ਇੰਨਾ ਜ਼ਿਆਦਾ ਪਰੇਸ਼ਾਨ ਹਾਂ, ਇੰਨਾ ਜ਼ਿਆਦਾ ਪਰੇਸ਼ਾਨ ਆ, ਪ੍ਰੈਸ਼ਰ ਚੜਾਈਏ ਕਿ ਇਸ ਬੰਦੇ ਕੋਲੋਂ ਪਰੇਸ਼ਾਨੀਆਂ ਦੇਖੀਏ। ਲੋਕ ਝੂਠੀਆਂ ਆਰਟੀਆਂ ਆਈਆਂ, ਝੂਠੀਆਂ ਇਹ ਝੂਠੀਆਂ ਵੋ। ਮੈਨੂੰ ਤਾਂ ਇਹ ਬੰਦਾ ਇੱਕ ਚੀਜ਼ ਦੱਸੇ ਕਿ ਤੇਰੇ ਨਾਲ ਯਾਰ ਕੋਈ ਇੱਕ ਪਿੰਡ ਦਾ ਕੋਈ ਮੋਹਤਵਾਰ ਬੰਦਾ ਤੁਰਿਆ ਵੀ ਹੈ, ਕੋਈ ਬੰਦਾ ਤੇਰੇ ਨਾਲ ਅੱਜ ਤੱਕ ਗਿਆ ਜਾਂ ਕੋਈ ਬੰਦਾ ਤੇਰੇ ਨਾਲ ਕੋਈ ਐਡਮਿਨਿਸਟ੍ਰੇਸ਼ਨ 'ਚ ਗਿਆ, ਇਕੱਲਾ ਬੰਦਾ ਹੀ ਤੂੰ ਯਾਰ ਨਹੀਂ ਮੈਂ ਪੈਸੇ ਦਿੱਤੇ, ਤੂੰ ਮੇਰੀ ਝੂਠੀ ਵੀਡੀਓ ਚਾੜ ਦਿੱਤੀ, 10 ਦਿਨ ਤੋਂ ਮੇਰਾ ਪ੍ਰੈਸ਼ਰ ਬੰਦ ਪਿਆ ਆ, ਜਾਂ ਤਾਂ ਤੂੰ RTI ਪਾ ਕੇ, RTI ਦਾ ਤੂੰ ਕਹਿੰਦਾ ਮੈਂ ਐਕਟਿਵਿਸਟ ਹਾਂ, RTI ਪਾ ਕੇ ਤੂੰ ਕਢਾ ਕੇ ਦੇਖ ਲੈ ਬਿੱਲ, ਮੇਰੇ ਕੋਲ ਪਰਚੇਜ ਦੇਖ ਲੈ, ਤੂੰ ਲੋਕਾਂ ਨੂੰ ਕਹਿੰਦਾ ਇਹ ਬਹੁਤ ਜ਼ਿਆਦਾ ਮਾਲ ਪਿਆ ਹੈ, ਮਿਹਨਤ ਘਮਾਇਣ ਗੁੰਡਾ ਹੈ, ਮਿਹਨਤ ਘਮਾਇਣ ਬਦਮਾਸ਼ ਆ, ਮੈਂ ਕਿਹੜੀ ਬਦਮਾਸ਼ੀ ਕੀਤੀ ਇੱਥੇ, ਮੇਰੇ ਕੋਲ ਮਾਲ ਪਿਆ ਆ, ਮੇਰੇ ਕੋਲ ਮਾਲ ਲੀਗਲ ਸੋਰਸ ਪਿਆ, ਲੀਗਲ ਸੋਰਸ ਤੂੰ ਚੈੱਕ ਕਰ ਲੈ, RTI ਦੀ ਉਹ ਪਾ ਕੇ ਤੇ DMO ਦੇ ਦਫ਼ਤਰ 'ਚ ਲੀਗਲ ਸੋਰਸ ਪੁੱਛ ਲੈ ਮੇਰੇ ਕੋਲ ਕਿੰਨਾ ਲੀਗਲ ਸੋਰਸ ਪਿਆ ਆ, ਸੋਰਸ ਆਫ ਰਾ ਮਟੀਰੀਅਲ ਮੇਰਾ ਕੀ ਹੈਗਾ ਆ, ਕਿੱਥੋਂ ਮੈਂ ਮਟੀਰੀਅਲ ਲਿਆ ਆ, ਕਿੱਥੋਂ ਨਹੀਂ ਲਿਆ ਆ, ਜਿਹੜਾ ਇਹ ਨਜਾਇਜ਼। ਮੈਂ ਤੇ ਪ੍ਰਸ਼ਾਸਨ ਅੱਗੇ ਵਾਰ ਵਾਰ ਇਹੀ ਬੇਨਤੀ ਕਰਾਂਗਾ ਕਿ ਇਹਦੇ 'ਤੇ PSA ਲਾਇਆ ਜਾਏ ਅਤੇ ਸਾਡੀ ਇਹਦੇ ਕੋਲੋਂ ਜਾਨ ਛੁਡਾਈਏ। ਲੋਕੋ ਕੋ ਕਿ ਇਹ ਬੰਦਾ ਹਮ ਲੋਕੋ ਕੋ ਬਲੈਕਮੇਲ ਕਰ ਰਹਾ ਹੈ, ਇਸ ਆਦਮੀ ਕਾ ਕੁਛ ਲੈਣਾ ਦੇਣਾ ਨਹੀਂ ਹੈ, ਐਦਾਂ ਮਾਈਨਿੰਗ ਦੇ ਨਾਲ ਕੀ ਲੈਣਾ ਦੇਣਾ ਪਹਿਲੇ ਮੈਨੂੰ ਇਹ ਦੱਸੋ, ਜਾਂ ਇਹ ਕੋਈ ਸਰਪੰਚ ਹੈ, ਇਹ ਕੋਈ ਪੰਚ ਹੈ, ਜਾਂ ਇਹਦੇ ਕੋਈ ਅਹੁਦੇਦਾਰੀ ਹੈ, ਕੁਛ ਵੀ ਨਹੀਂ ਹੈ। ਇਹ ਪੈਸੇ ਮੰਗਦਾ, ਬਲੈਕਮੇਲਿੰਗ ਕਰਦਾ ਹੈ, ਲੋਕਾਂ ਦੇ ਕ੍ਰੈਸ਼ਰਾਂ 'ਤੇ ਜਾ ਕੇ ਨਜਾਇਜ਼ ਵੀਡੀਓ ਬਣਾਉਂਦਾ ਹੈ, ਵੀਡੀਓ ਬਣਾਉਣ ਤੋਂ ਬਾਅਦ ਉਹਨੂੰ ਆਪਣੇ ਫੇਸਬੁੱਕ ਪੇਜ 'ਤੇ ਅਪਲੋਡ ਕਰ ਦਿੰਦਾ। ਸ਼੍ਰੀ ਸਾਈਂ ਸਟੋਨ ਕ੍ਰੈਸ਼ਰ ਪਿਛਲੇ 10 ਦਿਨ ਤੋਂ ਬੰਦ ਪਿਆ, ਤੂੰ ਬਿਜਲੀ ਦਾ ਬਿੱਲ ਕਢਾ ਲਾ, RTI ਪਾ ਕੇ ਤੂੰ ਬਿਜਲੀ ਦਾ ਬਿੱਲ ਕਢਾ ਲਾ, ਸਾਡਾ ਪਿਛਲੇ 10 ਦਿਨ ਤੋਂ ਕ੍ਰੈਸ਼ਰ ਬੰਦ ਪਿਆ ਆ, ਪਤਾ ਨਹੀਂ ਕਿਹੜੇ ਕ੍ਰੈਸ਼ਰ ਦੀ ਵੀਡੀਓ ਖੱਡਾ ਦਿਖਾ ਕੇ ਤੂੰ ਕੱਲ ਸਾਡੀ ਉਹ ਚਾੜਤੀ ਹੈ, ਤੂੰ ਨਜਾਇਜ਼ ਸਾਨੂੰ ਬਦਨਾਮ ਕਰ ਰਿਹਾ, ਉਹਦੇ ਵਾਸਤੇ ਆਪਾਂ ਤੇਰੇ 'ਤੇ ਡੈਫਰਮੇਸ਼ਨ ਕੇਸ ਕੀਤੇ ਦਾ ਆ, ਡੈਫਰਮੇਸ਼ਨ ਕੇਸ ਦੀ 23 ਤਰੀਕ ਪਈ ਦੀ ਆ। ਚਲੋ ਕੋਰਟਾਂ 'ਤੇ ਸਾਨੂੰ ਯਕੀਨ ਹੈ, ਕੋਈ ਗੱਲ ਨਹੀਂ ਹੈ, ਕੋਰਟਾਂ ਦੇ ਮਸਲੇ ਕੋਰਟਾਂ 'ਚ ਹੀ ਦੇਖਾਂਗੇ,
बाकी एडी वड्डी कोई गल नहीं है, परेशानी ठीक है, दिक्कत है परेशानी, तू नजायज ना लैना साढ़े नजायज, या तो कोई प्रूफ करके दस ना, तू प्रूफ करके मनोज कुमार सिंह की एडमिनिस्ट्रेशन के बंदियां नूं मिलदा है, तू प्रूफ कर मनोज कुमार सिंह की ने पैसा दिता किसी नूं अज तक, मनोज कुमार सिंह की का तू प्रूफ कर, तू नजायज ही मनोज कुमार मनोज कुमार मनोज कुमार कही जाना है, कोई लेना देना नहीं है तेरा मनोज कुमार का, मनोज कुमार तू अज तक मिले भी है, तू के एस स्टोन क्रैशर को 40,000 रुपया महीना लगा रहा, इन्हें साढ़े को सारे प्रूफ पे है, मेरे को जो कोर्ट के मैं डेफरमेशन का केस किया मेरे को सबूत पे है और मेरे को गवाह है क्रैशर वाले गवाह है जिन्हों को पैसे लैके गया है, मैं खुद कभी के अफसर नूं मिलिया ना किसी बंदे नूं मिलिया, इस बंदे ने उस बंदे नूं बदनाम किया, उस बंदे वालों भी मनोज कुमार वालों भी ये डेफरमेशन का केस किया गया है, मैं प्रशासन अगे यह बेनती चाहना है कि यह जो झूठा अपने आप नूं रावी रिवर एक्शन कमेटी का प्रधान दसदा है, जिहड़ा झूठा अपने आप नूं शिवसेना का प्रधान दसदा, आप कहने ठीक है शिवसेना एक वधिया पार्टी, आप कोई निजी तौर पर किसी पार्टी का विरोध नहीं करते ना ही आप करना है, जिहड़ा बंदा किसी पार्टी नाल जुड़िया है वधिया पार्टी नाल जुड़िया है, पर उस पार्टी के नाते लोगों ने ठगिया तो ना मारे, पैसे तो ना मंगे कि मैं उसका वाइस प्रेजिडेंट हाँ जी मैं 30,000 रुपया दो तो मैं क्रेडिट चलन देना, तू यार भाई वाला साढ़े नाल जे तेरे नाल कोई ऐसी गलबात है तू अपने नाल शिव सैनिक लैके धरना ला, कुछ ना कला बंदा होना ना तेरे ना बंदा, बंदे की जात नहीं लेना नहीं देना नहीं, कला बंदा ही तू तुरे है, कला ही वीडियो बनाना, कला ही वो चाड़ देना है, और हर एडमिनिस्ट्रेशन के बंदे तू गाला कड़ना है, डीएमओ तू गाला कड़ना है, SHO तू गाला कड़ना है, DSP तू गाला कड़ना है, SSP तू गाला कड़ना, मैनू तो यह नहीं समझ आ रही तू है की चीज है, या तो तू बड़ा वड्डा कोई अहुदेदार बंदा होए कोई बड़ी वड्डी चीज होए फिर तो तू किसी बंदे नूं गाला भी कड़, DMO साहब एक बहुत वधिया ते नेक इंसान है, नरिंदर वधिया इंसान है, कोमल वधिया इंसान है, ठीक है अगले मैं ऐ नहीं कहता कि सारा काम लीगल हुंदा, लीगल दे नाल इलीगल भी हो सकता है काम, पर तू तू कौन होना यार सानू पुछण वाला, तू कोई सरपंच है, सरपंची दे विच तैनू 18 वोटां पईआं सी, गिनती दीआं 18 वोटां पईआं सी, 19 वोट नहीं पई।